ਹਰਮੋਨੀਅਮ ਦੀ ਯਾਦ
ਦੇ ਆ ਇਹਦੀ ਵੱਧ ਕਰ ਦੋ ਮੜ ਜੀ ਪਰਮਾਤਮਾ ਜੀ ਘਟਾ ਦੋ ਮੈਂ ਦੇਖ ਲਿਆ ਸੱਚੇ ਮੇਰਾ ਮੋਹਨ ਸਭ ਤੇ ਉੱਚਾ ਚਰਨਾਂ ਦੇ ਵਿੱਚ ਵਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਦੀਆਂ ਸਮੁੱਚੀਆਂ ਸੰਗਤਾਂ
ਸਤਕਾਰ ਜੋ ਵੀਰ ਬਜ਼ੁਰਗ ਅਤੇ ਬੱਚੇ ਜਿਨ੍ਹਾਂ ਨੂੰ ਮਹਾਰਾਜ ਨੇ ਕਿਰਪਾ ਕਰਕੇ ਆਪਣੀ ਨਿੱਘੀ ਗੋਦ ਦਾ ਆਨੰਦ ਬਖਸ਼ਿਆ ਅਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਹਰੇਕ ਸਾਲ ਉਪਰਾਲ ਕੀਤਾ ਜਾਂਦਾ ਹੈ, ਯਤਨ ਕੀਤਾ ਜਾਂਦਾ ਹੈ। ਸਤਿਕਾਰ ਜੋ ਬਾਬਾ ਜੀ ਗੰਜਣ ਸ਼ਾਹ ਜੀ, ਉਹਨਾਂ ਦੀ ਸਾਲਾਨਾ ਬਰਸੀ ਮਨਾਈ ਜਾਂਦੀ ਹੈ। ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਰਲ ਮਿਲ ਕੇ ਹਾਜ਼ਰੀਆਂ ਭਰੀਆਂ ਜਾਂਦੀਆਂ ਨੇ ਅਤੇ ਐਤਕੀ ਮੈਨੂੰ ਹੁਕਮ ਹੋਇਆ ਕਮੇਟੀ ਦੇ ਵੱਲੋਂ ਅਤੇ ਸਤਿਕਾਰ ਜੋ ਸੰਗਤਾਂ ਦੇ ਵੱਲੋਂ ਕੁਝ ਸਮਾਂ ਆਪਾਂ ਨੇ ਰਲ ਮਿਲ ਕੇ ਇਤਿਹਾਸ ਦੀਆਂ ਵਿਚਾਰਾਂ ਕਰਨੀਆਂ ਨੇ। ਸਤਿਗੁਰੂ ਦੀ ਪਵਿੱਤਰ ਗੁਰਬਾਣੀ ਨੂੰ ਵਾਚਣਾ ਹੈ, ਪੜ੍ਹਨਾ ਹੈ, ਵਿਚਾਰਨੀ ਹੈ। ਕੱਲ੍ਹ ਰੋਜ਼ ਤੋਂ ਬਹੁਤ ਹੀ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬਾਨਾਂ ਦੇ ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਅਤੇ ਜਿਨ੍ਹਾਂ ਦੇ ਕੱਲ੍ਹ ਨੂੰ ਭੋਗ ਪੈਣੇ ਨੇ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ। ਇਹ ਗੁਰਬਾਣੀ ਕਿਹਨਾਂ ਦੇ ਹਿੱਸੇ ਵਿੱਚ ਆਈ ਹੈ ਪਹਿਲਾਂ ਆਪਾਂ ਇਸ ਸਤਿਗੁਰ ਨੂੰ ਪੁੱਛ ਲਈਏ ਅਤੇ ਜਿੰਨੀ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਵਿੱਚ ਹੈ, ਇੱਕ ਓਅੰਕਾਰ ਤੋਂ ਲੈ ਕੇ 18 ਹੈ 10 20 ਤੱਕ ਅਤੇ ਕਿਹਨਾਂ ਦੇ ਹਿੱਸੇ ਵਿੱਚ ਆਈ ਹੈ ਬਾਣੀ ਪੜ੍ਹ ਲੈਣੀ ਕਿ ਸਤਿਗੁਰੂ ਜੀ ਸਾਨੂੰ ਦੱਸਣਗੇ। ਮਹਾਰਾਜ ਜੀ ਕਹਿੰਦੇ ਹਰ ਇੱਕ ਨਹੀਂ ਗੁਰਬਾਣੀ ਪੜ੍ਹੇਗਾ, ਹਰ ਇੱਕ ਗੁਰੂ ਦੀ ਸੰਗਤ ਨਹੀਂ ਕਰੇਗਾ, ਹਰੇਕ ਵਿਅਕਤੀ ਗੁਰੂ ਦੀ ਗੋਦ ਦੇ ਵਿੱਚ ਨਹੀਂ ਬੈਠੇਗਾ। ਜਦੋਂ ਪਿਛਲੇ ਕੀਤੇ ਹੋਏ ਕਰਮ ਜਾਗਦੇ ਨੇ ਨਾ, ਉਹ ਗੁਰੂ ਦੀ ਸੰਗਤ ਉਦੋਂ ਹੁੰਦੀ ਹੈ ਅਤੇ ਐਵੇਂ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਮਹਾਰਾਜ ਜੀ ਨੂੰ ਪ੍ਰਸ਼ਨ ਕਰ ਲਈਏ, ਸਤਿਗੁਰ ਨਾਲ ਦੀ ਨਾਲ ਉੱਤਰ ਦਿੰਦੇ ਨੇ। ਸਤਿਗੁਰ ਜੀ ਕਹਿੰਦੇ ਵੱਡੇ ਭਾਗਾਂ ਵਾਲਾ ਗੁਰੂ ਦੀ ਸੰਗਤ ਕਰੇਗਾ, ਵਡਭਾਗੀ ਹੈ ਸੰਗਤ ਪਾਵੇ। ਵਡਭਾਗੀ ਦਾ ਅਰਥ ਹੈ ਵੀ ਵੱਡੇ ਭਾਗਾਂ ਵਾਲਾ ਗੁਰੂ ਦੀ ਸੰਗਤ, ਹਰ ਸੰਗਤ। ਤੇ ਇਸ ਤੋਂ ਉਲਟਾ ਮਹਾਰਾਜ ਜੀ ਕਹਿੰਦੇ ਜਿਹਦੇ ਚੰਗੇ ਕਰਮ ਨਹੀਂ ਉਹ ਨਹੀਂ ਆਉਂਦਾ, ਭਾਗਹੀਣ। ਜਿਹਨੂੰ ਮਸਤਕ ਧੁਰ ਹਰ ਲਿਖਿਆ ਤੈਨੂੰ ਸਤਿਗੁਰ ਮਿਲਿਆ ਰਾਮ ਰਾਜੇ। ਮਸਤਕ ਹੁੰਦਾ ਮੱਥਾ, ਜਿਹਦੇ ਮੱਥੇ ਉੱਤੇ ਰੇਖਾ ਬਣੀ ਹੋਈ ਹੈ ਉਹ ਸੰਗਤ ਕਰੇਗਾ। ਤੇ ਸਤਿਗੁਰ ਜੀ ਕਹਿੰਦੇ ਆ ਭਾਗਹੀਣ ਭਰਮ ਚੋਟਾਂ ਖਾਵੇ। ਤੇ ਆਪਾਂ ਬੈਠੇ ਹਾਂ ਗੁਰੂ ਦੀ ਗੋਦ ਦੇ ਵਿੱਚ, ਧਿਆਨ ਮਾਰੋ ਸਾਰੇ ਜਾਣੇ, ਆਨੰਦ ਹੈ ਨਾ। ਤੇ ਜਿਹੜਾ ਸਾਡਾ ਫਰਜ਼ ਬਣਦਾ ਹੈ ਉਹ ਅਸੀਂ ਕਰ ਰਹੇ ਹਾਂ ਗੁਰੂ ਦੀ ਮਤ ਅਨੁਸਾਰ। ਮਹਾਰਾਜ ਜੀ ਕਹਿੰਦੇ ਗੁਰ ਕੀ ਮਤ ਤੋਂ ਲੈ ਆ ਨੇ। ਜਿਹਨਾਂ ਨੂੰ ਭੈਣਾਂ ਨੂੰ ਬੀਬੀਆਂ ਨੂੰ ਜਾਂ ਵੀਰਾਂ ਨੂੰ ਬਾਣੀ ਆਉਂਦੀ ਹੈ, ਅੱਧੀ ਕੁ ਪੰਕਤੀ ਮੈਂ ਛੱਡ ਦਿਆ ਕਰਾਂਗਾ ਕਿ ਤੁਸੀਂ ਉਹ ਖਾਲੀ ਸਥਾਨ ਭਰ ਦਿਆ ਕਰੋ ਅਤੇ ਨਾਲੇ ਪਤਾ ਲੱਗ ਜਾਂਦਾ ਵੀ ਸਾਰੇ ਜਾਣੇ ਗੁਰਬਾਣੀ ਪੜ੍ਹਨ ਵਾਲੇ ਹੋ ਅਤੇ ਆਓ। ਮਹਾਰਾਜ ਜੀ ਕਹਿੰਦੇ ਆ ਗੁਰ ਕੀ ਮਤ ਤੋਂ ਲੈ ਆਣੇ। ਆਣਾ ਕੌਣ ਹੁੰਦਾ ਜਿਹਨੂੰ ਮਤ ਨਹੀਂ ਹੁੰਦੀ? ਤੇ ਸਤਿਗੁਰੂ ਜੀ ਕਹਿੰਦੇ ਭਗਤ ਬਿਨਾਂ ਬਹੁਤ ਡੁੱਬੇ ਸਿਆਣੇ। ਗੁਰੂ ਦੀ ਮਤ ਤੋਂ ਬਿਨਾਂ ਕਈ ਡੁੱਬ ਜਾਂਦੇ ਨੇ ਅਤੇ ਆਹ ਜਿਹੜਾ ਸਮਾਂ ਹੈ ਤੁਸੀਂ ਹੁਣ ਧਿਆਨ ਮਾਰੋ। ਇਸ ਸਮੇਂ ਦੇ ਵਿੱਚ ਕੋਈ ਵਿਅਕਤੀ ਹਸਪਤਾਲ ਦੇ ਬੈੱਡ 'ਤੇ ਪਿਆ ਹੋਵੇਗਾ ਅਤੇ 5-7 ਉਹਦੇ ਘਰ ਵਾਲੇ ਉਹਦੀ ਰਾਖੀ ਵਾਸਤੇ ਆਏ ਹੋਣਗੇ ਅਤੇ ਕੋਈ ਮੇਰੇ ਵਰਗਾ ਵਿਅਕਤੀ ਜਿਹਨੂੰ ਨਹੀਂ ਭਾਗਾਂ ਦੇ ਵਿੱਚ ਸੰਗਤ, ਕੋਈ ਕਿਤੇ ਖੜਾ ਹੋਵੇਗਾ, ਕੋਈ ਕਿਤੇ ਖੜਾ ਹੋਵੇਗਾ ਅਤੇ ਇੱਥੇ ਆਉਣਾ ਨਹੀਂ ਭਾਗਾਂ ਦੇ ਵਿੱਚ। ਅਤੇ ਜਿਹਨਾਂ ਦੇ ਚੰਗੇ ਕਰਮ ਨੇ ਪਿਆਰੇ ਉਹ ਗੁਰੂ ਦੀ ਗੋਦ ਦੇ ਵਿੱਚ ਬੈਠਦੇ ਨੇ। ਆਖੋ ਸਤਨਾਮ। ਸਤਿਗੁਰੂ ਜੀ ਕਹਿੰਦੇ ਆ ਕਾਮ ਕ੍ਰੋਧ ਲੋਭ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ, ਪੂਰਵ ਲਿਖਤ ਪਿਛਲੇ ਕਰਮ ਕਦੋਂ ਮਿਲਿਆ ਗੁਰੂ? ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਬ ਮੰਡਲ ਮੰਡਾ ਹੈ। ਵਾਹ ਜੀ ਵਾਹ। ਕਰ ਸਾਧੂ ਅੰਜਲੀ ਪੰਡ ਵੱਡਾ ਹੈ, ਕਿੱਡੇ ਵੱਡੇ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਆਇਆ। ਬਾਬਾ ਗੰਜਣ ਸ਼ਾਹ ਵਰਗੀ ਤਾਂ ਲਿਖਿਆ ਹੋਇਆ ਬੋਰਡ ਜਿਹਨਾਂ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੋਈ, ਸਤਿਗੁਰ ਦੇ ਦਰੋਂ ਕਰੋਂ ਬਰਸਾਏ ਹੋਏ ਮੇਹਰ ਸੇਵਾਦਾਰ ਬਾਬਾ ਗੰਜਣ ਸ਼ਾਹ ਜੀ। ਤੇ ਕਮਾਲ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਐਡੀ ਵੱਡੀ ਕਿਰਪਾ ਹੋਈ ਹੈ ਬਾਬਾ ਗੰਜਣ ਸ਼ਾਹ ਦੇ ਉੱਤੇ ਤੇ ਬਾਬਾ ਗੰਜਣ ਸ਼ਾਹ ਦੀ ਕਿਰਪਾ ਹੋਈ ਹੈ ਸਾਡੇ ਸਾਰਿਆਂ ਦੇ ਉੱਤੇ। ਆਖੋ ਸਤਨਾਮ। ਤੇ ਨਾ ਹੀ ਰੰਗ ਚੜ੍ਹਦਾ ਹੈ। ਸਤਿਗੁਰ ਜੀ ਕਹਿੰਦੇ ਮੰਗਣਾ ਕੀ ਹੈ ਗੁਰੂ ਦੇ ਕੋਲੋਂ? ਇਹ ਵੀ ਪੁੱਛ ਲਈਏ। ਵੱਡੀਆਂ ਵੱਡੀਆਂ ਮੰਗਾਂ ਤਾਂ ਰੱਖ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਕੁਝ ਨਾ ਮੰਗ, ਜਿਹੜੀਆਂ ਤੂੰ ਦੁਨਿਆਵੀ ਲੋੜਾਂ ਮੰਗੀ ਜਾਂਦਾ ਕੁਛ ਵੀ ਨਹੀਂ ਹੈ। ਮੰਗਣਾ ਮਾਗਨ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਤੇ ਕੌਣ ਜਾਗੂਗਾ?
ਸਤਿਗੁਰ ਜੀ ਕਹਿੰਦੇ ਇਹ ਵਿਦ ਤਿਸੈ ਪ੍ਰਾਪਤੇ ਜਾ ਕੇ ਮਸਤਕ ਭਾਗਨਾ। ਪੱਟ ਮਥੁਰਾ ਜੀ ਕਹਿੰਦੇ ਨੇ ਮਥੁਰਾ ਪਦ ਭਾਗ ਭਲੇ ਉਣ ਕੇ ਮਨ ਇੱਛਤ ਹੀ ਫਲ ਪਾਵਤ ਹੈ। ਤੇ ਜਿਹਨਾਂ ਦੇ ਚੰਗੇ ਕਰਮ ਨੇ ਗੁਰੂ ਦੇ ਕੋਲੇ ਆ ਜਾਂਦੇ ਨੇ, ਅਰਦਾਸ ਕਰ ਦਿੰਦੇ ਨੇ, ਗੁਰੂ ਦੀ ਲੋੜ ਪੂਰੀ ਕਰ ਦਿੰਦਾ ਤੇ ਕਿਸੇ ਦਾ ਵੜਨਾ ਪੈਂਦਾ ਹੈ। ਸਤਿਗੁਰ ਜੀ ਕਹਿੰਦੇ ਆ ਮਨ ਬੇਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਤੇ ਉਹ ਆਪਾਂ ਮਨ ਗੁਰੂ ਦੇ ਅੱਗੇ ਵੇਚ ਦਿੱਤਾ ਹੈ ਤੇ ਹੁਣ ਮਨ ਦੇ ਉੱਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਨਾ, ਤੇ ਉਹੀ ਮਨ ਅਸੀਂ ਗੁਰੂ ਨੂੰ ਦੇ ਦਿੱਤਾ ਤੇ ਉਹਦਾ ਮਾਲਕ ਕੌਣ ਬਣ ਗਿਆ? ਮਨ ਦਾ ਮਾਲਕ ਬਣ ਗਿਆ ਜੀ ਬਾਬਾ ਗੱਜਣ ਸ਼ਾਹ ਜੀ। ਮਨ ਦਾ ਮਾਲਕ ਬਣ ਗਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ। ਤੇ ਜਿਹੜੀ ਵਸਤੂ ਕਿਸੇ ਹੋਰ ਨੂੰ ਦੇ ਦਿੱਤੀ ਉਹਦੇ ਉੱਤੇ ਸਾਡਾ ਅਧਿਕਾਰ ਨਹੀਂ ਰਹਿੰਦਾ। ਫਿਰ ਗੁਰੂ ਨੂੰ ਕਹਿ ਦਈਏ ਮਹਾਰਾਜ ਮਨ ਅਸੀਂ ਤੁਹਾਡੇ ਅੱਗੇ ਰੱਖ ਦਿੱਤਾ ਹੈ ਤੇ ਹੁਣ ਜਿੰਨਾ ਚਿਰ ਅਸੀਂ ਇੱਥੇ ਬੈਠਣਾ ਤੇ ਮਨ ਸਾਡਾ ਤੁਹਾਡੇ ਕੋਲ ਹੀ ਹੈ ਨਾ, ਆਲੇ ਦੁਆਲੇ ਕਿਤੇ ਉਡਾਰੀਆਂ ਨਾ ਮਾਰੇ। ਕਈ ਵਾਰ ਏਦਾਂ ਹੁੰਦਾ ਮੇਰੇ ਵਰਗਾ ਗੁਟਕਾ ਲਈ ਬੈਠਾ ਹੁੰਦਾ ਦਿਖਾਵੇ ਦੇ ਤੌਰ ਤੇ ਮਨ ਫਿਰਦਾ ਹੁੰਦਾ ਆਲੇ ਦੁਆਲੇ ਕਿਤੇ ਹੋਰ, ਏਦਾਂ ਨਾ। ਜੇ ਇੱਥੇ ਬੈਠੇ ਆ ਮਨ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਜਾਵੇ। ਤੇ ਸਤਿਗੁਰ ਜੀ ਕਹਿੰਦੇ ਆ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਸਾਰਿਆਂ ਦੇ ਉੱਤੇ ਪੂਰੀ ਕਿਰਪਾ ਕਰਦੀ। ਹਾਂਜੀ, ਤੇ ਦੂਸਰੀ ਮੇਰੀ ਬੇਨਤੀ ਆ ਜਿਹਨਾਂ ਭੈਣਾਂ ਨੇ ਜਾਂ ਵੀਰਾਂ ਨੇ ਗੁਰੂ ਦੀ ਸੰਗਤ ਨੇ ਗੁਰੂ ਘਰ ਲੰਗਰ ਛਕ ਲਿਆ ਤੇ ਉਹ ਸਾਰੇ ਜਾਣੇ ਆ ਜਾਓ, ਆਪਾਂ ਸਾਰੇ ਜਾਣੇ ਰਲ ਮਿਲ ਕੇ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਸਤਿਗੁਰ ਦੀਆਂ ਕਥਾ ਕਹਾਣੀਆਂ ਆਪ ਪੜ੍ਹੀਏ ਤੇ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਬਾਬਾ ਗੱਜਣ ਸ਼ਾਹ ਜੀ ਦੇ ਇਸ ਅਸਥਾਨ ਦੇ ਉੱਤੇ ਇਕੱਠ ਕਿਉਂ ਹੁੰਦਾ ਹੈ। ਸਾਰੇ ਜਾਣੇ ਕਿਰਪਾ ਕਰੋ, ਇੱਕ ਤਾਂ ਭੈਣੋ ਵੀਰੋ ਚੌਂਕੜੇ ਮਾਰ ਲਵੋ, ਇਹ ਵੀ ਆਦਤ ਪਾ ਲਵੋ, ਕਦੇ ਵੀ ਗੁਰੂ ਦੇ ਕੋਲ ਆਉਂਦੇ ਹੋ ਮੱਥਾ ਟੇਕ ਕੇ ਉਸੇ ਟਾਈਮ ਨਾ ਮੁੜੋ, 5-7 ਮਿੰਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲ ਬੈਠ ਜਾਇਆ ਕਰੋ। ਤੇ ਸਾਡੇ ਕੋਲ ਟਾਈਮ ਹੋਵੇ ਗੁਰੂ ਦੇ ਕੋਲ ਬੈਠਣ ਦਾ ਤੇ ਗੁਰੂ ਸਾਡਾ ਅੱਗਾ ਪਿੱਛਾ ਸਵਾਰ ਦੇਵੇਗਾ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪਦ ਆਪੇ ਮੇਲੇ। ਮੈਂ ਫਤਿਹ ਮਨਾਉਣ ਲੱਗਿਆ, ਸਾਰੇ ਜਾਣੇ ਕਿਰਪਾ ਕਰੋ ਚੌਂਕੜੇ ਮਾਰ ਕੇ ਤੇ ਏਦਾਂ ਤੁਹਾਨੂੰ ਆ ਜਾਵੇ ਵੀ ਬਾਬਾ ਗੱਜਣ ਸਿੰਘ ਜੀ ਸਾਹਿਬ ਜੀ ਦਾ ਪਵਿੱਤਰ ਹੱਥ ਸਾਡੇ ਸਿਰ ਦੇ ਉੱਤੇ ਹੈ, ਕਲਗੀਧਰ ਪਿਤਾ ਜੀ ਦਾ ਮਿਹਰ ਵਾਲਾ ਸਿਰ ਸਾਡੇ ਸਿਰ ਦੇ ਉੱਤੇ ਹੱਥ ਹੈ ਉਹਨਾਂ ਦਾ। ਸਤਿਗੁਰ ਜੀ ਕਹਿੰਦੇ ਦੁਕਾਲੂ ਪ੍ਰਣਾਸੀ ਦਯਾਲੂ ਸਰੂਪੇ ਸਦਾ ਅੰਗ ਸੰਗੇ ਅਪੰਗ ਵਿਭੂਤੇ। ਸਾਰੇ ਜਾਣੇ ਕਿਰਪਾ ਕਰੋ, ਫਤਿਹ ਦਾ ਜਵਾਬ ਫਤਿਹ ਵਿੱਚ ਉੱਚੀ ਆਵਾਜ਼ ਦੇ ਵਿੱਚ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਆਸਥਨ ਸੋਹਣ ਦੁਆਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀ। ਕਿੱਥੇ ਵਸਦਾ ਹੈ ਗੁਰੂ ਜੀ ਦਾ ਉਹ ਤਾਂ ਵਿੱਚ ਸੰਗਤ ਦੇ ਵਸਦਾ, ਜਿੱਥੇ ਸੰਗਤ ਹੈ ਉੱਥੇ ਗੁਰੂ ਦਾ ਵਾਸਾ ਹੈ। ਸੰਗਤਾਂ ਵਿੱਚ ਵਸਦਾ ਜੀ, ਸੰਗਤਾਂ ਵਿੱਚ ਵਸਦਾ ਜੀ, ਬੋਲੋ ਜੀ ਵਿੱਚ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਜੀ। Thank you.
ਵਾਸਾ ਕਿੱਥੇ ਹੈ? ਸਤਿਗੁਰੂ ਜੀ ਕਹਿੰਦੇ ਹੈ ਮਿਤ ਸੰਗਤ ਹਰ ਪ੍ਰਭ ਵਸੈ ਜੀਓ, ਤੇ ਸੰਗਤ ਹੋ ਰਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਸ਼ੋਭਿਤ ਨੇ, ਬਾਬਾ ਗੱਜਣ ਸ਼ਾਹ ਜੀ ਦੀ ਯਾਦ ਮਨਾਈ ਜਾ ਰਹੀ ਹੈ। ਆਓ, ਇਹੋ ਦਰ ਹੈ ਜਿੱਥੇ ਆ ਕੇ ਕਿਸੇ ਨੇ ਨਿਮਾਣਾ ਬਣ ਕੇ ਅਰਦਾਸ ਕੀਤੀ ਉਹ ਪੂਰੀ ਹੋਈ ਹੈ। ਇੱਥੇ ਹੰਕਾਰ ਨੂੰ ਜਗ੍ਹਾ ਹੈ ਨੀ, ਇੱਥੇ ਮੰਗਣ ਦੀ ਜਾਂਚ ਆ ਜਾਵੇ, ਮੰਗਣ ਦੇ ਵਾਸਤੇ ਮੰਗਤਾ ਬਣਨਾ ਪੈਂਦਾ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਇੱਥੇ ਆ ਕੇ ਅਰਦਾਸ ਕਰਿਆ ਕਰ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ। ਇਹ ਬਾਣੀ ਦੀਆਂ ਕੁਝ ਪੰਕਤੀਆਂ ਹਿਰਦੇ ਵਿੱਚ ਵਸਾ ਲਓ ਤੇ ਉਹ ਸਾਨੂੰ ਤਾਰ ਦੇਵਣਗੀਆਂ। ਤੇ ਸਤਿਗੁਰੂ ਜੀ ਕਹਿੰਦੇ ਏਕ ਅੱਖਰ ਹਰ ਮਨ ਵਸਤ, ਸਾਰੀ ਨਹੀਂ ਆਉਂਦੀ ਸਾਨੂੰ ਪੜ੍ਹਨ ਦਾ ਸਮਾਂ ਨਹੀਂ ਸਾਡੇ ਕੋਲ, ਇੱਕ ਦੋ ਪੰਕਤੀਆਂ ਤੁਸੀਂ ਉੱਠਦੇ ਬੈਠਦੇ ਪਰਮੇਸ਼ਰ ਦੀ ਆਰਾਧਨਾ ਕਰੋ। ਤੇ ਸਤਿਗੁਰੂ ਜੀ ਕਹਿੰਦੇ ਨਾਨਕ ਹੋਤ ਨਿਹਾਲ। ਤੇ ਅੱਜ ਜਿਹੜਾ ਦਿਨ ਹੈ ਜਿੱਥੇ ਅਸੀਂ ਬਾਬਾ ਜੀ ਦੀ ਵਰਸੀ ਮਨਾ ਰਹੇ ਹਾਂ, ਯਾਦ ਮਨਾ ਰਹੇ ਹਾਂ, ਉੱਥੇ ਕੱਲ੍ਹ ਨੂੰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਵੀ ਹੈ। ਛੇਵੇਂ ਪਾਤਸ਼ਾਹ ਮਹਾਰਾਜ ਸਾਡੇ ਨਗਰ ਜੰਡਾਲੀ ਦੇ ਵਿੱਚ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਦੋਂ ਆਏ ਤੇ ਨਗਰ ਦੇ ਵਾਰ ਵਾਰ ਇੱਕ ਝਿੜੀ ਤੇ ਉੱਥੇ ਸਤਿਗੁਰਾਂ ਨੇ ਆ ਕੇ ਡੇਰਾ ਲਾਇਆ। ਕੁਝ ਸਿੱਖ ਨਾਲ ਮਹਾਰਾਜ ਦੇ ਅੰਮ੍ਰਿਤਸਰ ਤੋਂ ਆਏ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਨਾਰ ਦਾ ਸੇਵਾਦਾਰ ਜਿਹਦਾ ਨਾਲ ਹੈ ਬਾਬਾ ਚੋਖਾ ਜੀ ਤੇ ਸਤਿਗੁਰ ਦੀ ਨਿਗਾਹ ਪਈ, ਉਹ ਨਾਲ ਆਏ ਨੇ ਬਾਬਾ ਜੀਆਂ ਦੇ ਨਗਰ ਦੇ ਵਿੱਚ। ਬਾਬਾ ਜੀ ਨੇ ਹੁਕਮ ਕਰ ਦਿੱਤਾ ਜਾਓ ਨੇੜੇ ਨੇੜੇ ਜਿਹੜੇ ਘਰ ਨੇ ਉੱਥੋਂ ਪ੍ਰਸ਼ਾਦਾ ਪਾਣੀ ਲੈ ਕੇ ਆਓ ਤੇ ਜਿਹੜੇ ਸਿੱਖ ਸੰਗਤਾਂ ਨਾਲ ਨੇ ਉਹਨਾਂ ਨੂੰ ਵਿੱਚ ਵਰਤਾਉਣਾ ਹੈ, ਜਿਹਨੂੰ ਆਪਾਂ ਕਹਿ ਦਈਏ ਵੀ ਡਾਲੀ ਕਰਨ ਗਏ ਨੇ, ਗਜਾ ਕਰਨ ਗਏ ਨੇ। ਪਰੰਪਰਾ ਹੈ, ਰਵਾਇਤ ਹੈ, ਮਰਿਆਦਾ ਹੈ ਗੁਰੂ ਘਰ ਦੀ। ਤੇ ਬਾਬਾ ਚੋਖਾ ਜੀ ਗਏ ਨੇ ਨਗਰ ਦੇ ਕੁਝ ਨੇੜੇ ਨੇੜੇ ਘਰਾਂ ਨੇ ਜਵਾਬ ਦੇ ਦਿੱਤਾ। ਬਿਨ ਭਾਗਾਂ ਤੋਂ ਨਾ ਸੰਗਤ ਵੀ ਨਹੀਂ ਹੁੰਦੀ, ਬਿਨਾਂ ਭਾਗਾਂ ਤੋਂ ਗੁਰੂ ਘਰ ਦੇ ਵਿੱਚ ਦਸਵੰਦ ਵੀ ਨਹੀਂ ਦਿੱਤਾ ਜਾਂਦਾ। ਇਹ ਦਸਵੰਦਗੀ ਨੂੰ ਕਹਿੰਦੇ ਨੇ। 100 ਰੁਪਈਏ ਦੇ ਵਿੱਚੋਂ 10 ਰੁਪਈਏ ਕੱਢ ਕੇ ਗੁਰੂ ਦੀ ਗੋਲਕ ਦੇ ਵਿੱਚ ਪਾ ਦੇਣੇ ਤੇ 1000 ਰੁਪਈਏ ਦੇ ਵਿੱਚੋਂ 100 ਰੁਪਈਆ ਕੱਢ ਕੇ ਸਿੱਖ ਦੇ ਵਾਸਤੇ ਫਰਜ਼ ਹੈ। ਇਹ ਗੁਰੂ ਦਾ ਹੁਕਮ ਹੈ, ਇਹ ਕੱਢਣਾ ਹੀ ਕੱਢਣਾ ਹੈ। ਪਿਛਲੇ ਸਮਿਆਂ ਦੇ ਵਿੱਚ ਨਾ ਘਰਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਗੋਲਕਾਂ ਲਾਈਆਂ ਹੁੰਦੀਆਂ ਸੀ ਬੀਬੀਆਂ ਦੇ ਵੱਲੋਂ, ਹੁਣ ਤਾਂ ਬੱਚਿਆਂ ਦੇ ਲਾਈਆਂ ਨੇ, ਉਹ ਬੀਬੀਆਂ ਲਾ ਲੈਂਦੀਆਂ ਸੀ ਮਿੱਟੀ ਦੀਆਂ ਗੋਲਕਾਂ। ਤੇ ਜਦੋਂ ਸੰਗਰਾਂਦ ਹੁੰਦੀ ਸੀ ਉਦੋਂ ਭੰਨ ਕੇ 2-2 ਰੁਪਈਏ 1-1 ਰੁਪਈਆ ਗੁਰੂ ਦੇ ਹਵਾਲੇ ਕਰ ਦਿੱਤੇ ਜਾਂਦੇ ਸੀ, ਕਿਰਤ ਕਮਾਈ ਸਫਲੀ ਹੋ ਜਾਂਦੀ ਹੈ। ਤੇ ਬਾਬਾ ਚੋਖਾ ਜੀ ਗਏ ਨਗਰ ਤੇ ਉਹਨਾਂ ਨੂੰ ਕਈਆਂ ਨੇ ਜਵਾਬ ਦੇ ਦਿੱਤਾ ਗੁਰੂ ਕਾ ਲੰਗਰ ਨਹੀਂ ਬਣਿਆ ਹੈ, ਜਵਾਬ ਮਿਲ ਗਿਆ। 6ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਅੱਗੇ ਚਲੇ ਜਾਓ। ਅੱਗੇ ਗਏ ਉੱਥੇ ਆਪਣੇ ਮਕਾਨ ਵਡੇਰਿਆਂ ਦੇ ਬਜ਼ੁਰਗਾਂ ਦੇ ਤੇ ਉਹਨਾਂ ਨੇ ਜੋ ਵੀ ਕੁਝ ਹੈ ਸੀ, ਕਿਸੇ ਨੇ ਆਚਾਰ ਦੇ ਨਾਲ, ਕਿਸੇ ਨੇ ਲੱਸੀ ਦੇ ਨਾਲ, ਕੁਝ ਵੀ ਗੰਢੇ ਦੇ ਨਾਲ ਪਾ ਦਿੱਤਾ। ਤੇ ਬਾਬਾ ਜੀ ਨੇ 6ਵੇਂ ਪਾਤਸ਼ਾਹ ਮਹਾਰਾਜ ਨੇ ਐਡੀ ਵੱਡੀ ਬਰਕਤ ਕਰ ਦਿੱਤੀ। ਸਤਿਗੁਰੂ ਜੀ ਕਹਿੰਦੇ ਜਿਹੜਾ ਘਰਾਂ ਦੇ ਵਿੱਚ ਉਹਨਾਂ ਆਈ ਹੈ ਗਜਾ ਆਈ ਹੈ, ਜਿਹਨਾਂ ਦੇ ਘਰਾਂ ਦੇ ਵਿੱਚੋਂ ਡਾਲੀ ਆਈ ਹੈ, ਜਿਹਨਾਂ ਦੇ ਘਰਾਂ ਦੇ ਵਿੱਚੋਂ ਪ੍ਰਸ਼ਾਦੇ ਮਿਸੇ ਆਏ ਨੇ, ਮਹਾਰਾਜ ਕਹਿੰਦੇ ਉਹਨਾਂ ਘਰਾਂ ਦੇ ਵਿੱਚ ਸਦਾ ਹੀ ਬੰਦਗੀ ਹੋਇਆ ਕਰੇ। ਬੰਦਗੀ ਦੇ ਨਾਲ ਮਹਾਰਾਜ ਜੀ ਕਹਿੰਦੇ ਮਸੰਦਗੀ, ਤੇ ਦੂਰ ਦੂਰ ਜਾ ਕੇ ਸਤਿਗੁਰੂ ਜੀ ਕਹਿੰਦੇ ਇਹ ਕਿਰਤ ਕਮਾਈ ਲੋਕਾਂ ਦੇ ਕੋਲੋਂ ਲੈ ਕੇ ਦਸਵੰਦ ਗੁਰੂ ਕੇ ਗੋਲਕਾਂ ਦੇ ਵਿੱਚ ਪਾਇਆ ਕਰਨਗੇ। ਇਹ 6ਵੇਂ ਪਾਤਸ਼ਾਹ ਮਹਾਰਾਜ ਦਾ ਵਰਦਾਨ ਹੈ ਤੇ ਅੱਜ ਵੀ ਨਾ ਸਾਡੇ ਨਗਰ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹੱਥਾਂ ਦੇ ਨਾਲ ਲਾਈ ਹੋਈ ਨਿੰਮ ਅਜੇ ਵੀ ਉਸੇ ਤਰ੍ਹਾਂ ਖੜੀ ਹੈ। ਤੇ ਬਾਕੀ ਕਈ ਵੱਡੇ ਵੱਡੇ ਦਰਖਤ ਟੁੱਟ ਗਏ ਮੇਰੇ ਆਪ ਦੇਖਦੇ ਦੇਖਦੇ, ਤੇ ਜਿਹੜੀ ਨਿੰਮ ਮਹਾਰਾਜ ਨੇ ਦਾਤਣ ਕਰਦੇ ਗੱਡ ਦਿੱਤੀ ਉਹ ਉਨੀ ਹਰੀ ਭਰੀ ਕਾਇਮ ਹੈ। ਤੇ ਆਲੇ ਦੁਆਲੇ ਨਗਰ ਕਢਾਣੀ ਦੇ ਵਿੱਚ ਇੱਕ ਚੋਲਾ ਪਿਆ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ, ਜਿਹਨੂੰ ਪਹਿਨ ਕੇ ਮਹਾਰਾਜ ਨੇ 52 ਕੈਦੀ ਗਵਾਲੀਅਰ ਦੇ ਵਿੱਚੋਂ ਰਿਹਾ ਕਰਾਏ ਸੀ ਹਿੰਦੂ ਰਾਜ, ਉਹ ਨਗਰ ਕਢਾਣੀ ਦੇ ਵਿੱਚ ਪਿਆ। ਕਈ ਨਿਸ਼ਾਨੀਆਂ ਸਾਡੇ ਕੋਲ ਨੇ, ਆਓ। ਤੇ ਕੱਲ ਨੂੰ ਮੇਰੇ ਨਗਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਦਿਹਾੜੇ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ, ਤੇ ਉੱਥੇ ਬੜਾ ਵਧੀਆ ਪ੍ਰੋਗਰਾਮ ਹੁੰਦਾ ਹੈ ਜਦੋਂ ਜਿੱਥੇ ਜਿੱਥੇ ਮਹਾਰਾਜ ਦੇ ਚਰਨ ਪਏ ਨੇ। ਆਓ, ਅੱਜ ਦਾ ਜਿਹੜਾ ਪ੍ਰੋਗਰਾਮ ਹੈ 6ਵੇਂ ਪਾਤਸ਼ਾਹ ਮਹਾਰਾਜ ਦੇ ਆਉਣ ਦੀ ਖੁਸ਼ੀ ਦੇ ਵਿੱਚ ਮੈਂ ਤੁਹਾਡੇ ਨਾਲ ਇਤਿਹਾਸ ਸ਼ੁਰੂ ਕਰਨ ਲੱਗੇ ਹਾਂ। 4ਵੇਂ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸਪੁੱਤਰ ਨੇ, ਇਹ ਆਪਾਂ ਨੂੰ ਯਾਦ ਰੱਖਣੇ ਚਾਹੀਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ, 4ਵੇਂ ਪਾਤਸ਼ਾਹ ਗੁਰੂ ਰਾਮਦਾਸ ਜੀ, ਜਿਹਨਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਜੀ, ਜਿਹੜੇ ਲਾਹੌਰ ਦੀ ਚੂਨਾ ਮੰਡੀ ਦੇ ਵਿੱਚ ਪੈਦਾ ਹੁੰਦੇ ਨੇ, ਪਿਤਾ ਹਰੀਦਾਸ ਚੜ੍ਹਾਈ ਕਰ ਜਾਂਦਾ, ਮਾਤਾ ਦਇਆ ਕੌਰ ਚੜ੍ਹਾਈ ਕਰ ਜਾਂਦੇ, ਤੇ ਇੱਕ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਉਹ ਆ ਜਾਂਦੇ ਨੇ ਗੋਇੰਦਵਾਲ ਸਾਹਿਬ, ਤੇ ਇੱਥੇ
تیسرے پادشاہ مہاراجیاں دے جمائی بن جاندے نے، سیوا اینی کیتی ہے گرو مہاراجیاں دی سپوتری بی بی پانی اوہدا ہاتھ پائی جیٹھے دے وچ دے دتا جاندا ہے، تے بی بی پانی دی کوکھڑے وچوں تین سپوتر پیدا ہوندے نے گرو رام داس مہاراج جی دے گھر دے وچ، تے اسی میرا خیال وی سارے جانے مہنتاں دے پرواراں دے نال سبندھ رکھن والے ہاں، تے انہاں پرواراں دے وچوں وڈے وڈے دانی وڈے وڈے جوڑے بھی پیدا ہوئے نے، وڈے وڈے انجنیئر وڈے وڈے پیدا ہوئے نے، تے اسی تھوڑا جا پیچھے ہٹ گئے گربانی دے نالو اتہاس دے نالو، تے ہن اسی او تینا پتراں دے جڑے گرو رام داس مہاراج جی انہاں دا نام کتے یاد کر لیے تے اسی تنتا دے جوگ ہو جاواں گے، اتہاس ساڈے گھر دے وچ آ جاوے گا۔ چوتھے پادشاہ مہاراج دے تین سپوتر ہوئے جی، جی سب تو جڑا وڈا ہے او دا نام ہے پرتھی چند وڈا، چوتھے پادشاہ گرو رام داس مہاراج دا سپوتر ہے پرتھی چند، نام ہے مہادیو، تے جڑے سب تو چھوٹے نے انہیں ارجن دیو جی، جنہوں گرو ارجن دیو مہاراج جی جنہوں نے تتیاں تویاں دے سمادیاں لائیاں نے، جنہوں نے شیش دے وچ ریت پیا، جڑے تتی توی دے اتنے بیٹھ کے اڈول رہے نے، جنہوں نے مکھ دے وچوں اے آواز آئی سی تیرا کیا میٹھا لاگے ہر نام پدارتھ نانک مانگا ہے، تے دھن گرو ارجن دیو مہاراج جی دی جڑی شادی ہے ماتا گنگا جی مول صاحب دے رہن والے نے انہاں دے نال ہوئی، گرو ارجن دیو مہاراج جی دے گھر دے وچ اٹھ سال ہو گئے کوئی بھی اولاد نہیں ہوئی، تے اولاد کتے پیسے دے نال نہیں ملدی، اولاد پتر ہے جا تھی ہے کتے دھکے دے نال نہیں زبردستی ملدی، تے اولاد کرما دی نشانی ہے، تے جے کرما دے وچ بھی اولاد ہے نہیں تاں پھر ایتھے آ کے مہاپرشاں دے اگے لیلڑیاں کڈ کے لکاں کڈ کے ایتھوں پراپت ہو جاندی ہے۔ اتہاس گواہ ہے گرو ہرگوبند صاحب مہاراج جی دے پوتر چرناں دے وچ اک ماتا آئی سی جی دی عمر تقریباً 60-65 سال ہو چکی سی، ماتا سلکھنی ایک پتر لین آئی سی، تے دھن گرو ہرگوبند صاحب مہاراج جی میری پیر دے مالک نے ایک پتر دی جگہ تے 7 پتاں دا وردان دے دتا سی، پت اچا تا کا دربارا انت نہیں کچھ پارا وارا۔ اج گرو ارجن دیو مہاراج جی جڑی دھرم پتنی ہے ماتا گنگا جی یہ گھر دے وچ ہے، تے ستگرو پاتشاہ مہاراج جی امرتسر، تسی امرتسر جانے ہو دربار صاحب دے دیدارے کردے ہو، تے اتھے آل دلے ہور بھی گرو گھر نے، ایک گردوارا صاحب ہے جی دا نام ہے جی گرو کے محل، وہ کسی نے تقریباً گھٹ ہی درشن کیتے نے، اس گرو کے محلوں دے وچ ستگرو رام داس مہاراج دا پروار واسا کردا رہا، اسے گرو کے محل دے وچ گرو ارجن دیو مہاراج جی دا پروار واسا کردا رہا، اسے گرو کے محل دے وچ چھویں پادشاہ مہاراج دا پروار رہندا رہا ہے، تے اج گرو ارجن دیو مہاراج پنچم گردیو دھن گرو ارجن دیو جی یہ ہرمندر صاحب دے وچ نے، تے سکھ سنگت تری ہے جی کابل کندھار تو پیٹا لے کے دسوند لے کے، جی گل میں پہلا تہاڈے نال کیتی ہے دسواں حصہ، دسوند دے وچ کچھ قیمتی وستر نے، دشالے نے، بڑے ودیا پشمینے نے، تے جدوں سنگت تری تے تردی تردی امرتسر تو کچھ دور تھی اجے اچانک ہی موسم دے وچ تبدیلی آ گئی، یہ پرمیشور دے رنگ نے، میہ پیا پرمیشور پایا جی جانتا سب سکھی وسایا، تے ستگرو جی کہندے ہیں وہ پرمیشور ایڈا بڑا شکتی والی ہے، وہ ایڈا بڑا داتا ہے، ایک پل دے وچ وہ ٹبیاں دے وچ خوہ وی لوا دیندا ہے، تے ایک پل دے وچ سمان دے اتنے شہر کردیاں نوں دھرتی دے اتنے سٹ دیندا ہے جے ہنکار آ جاوے۔ پڑھیے پنکتیاں، جل تے تھل کر تھل تے کوہ، کوپ تے میل کراوے دھرتی تے آکاش چڑھاوے چڑھے آکاش گراوے، تے ستگرو جی کہندے ہیں پیکھاری تے راج کراوے راجا تے پیکھاری، خل پنڈت تو مورکھ کر بول پنڈت تے اگندھاری، وہ پڑھے ہویا نوں ہوش مت دے دیندا ہے، نانک نرگن گن کرے جہدے وچ گن نہیں اونوں گنوان دے دیندا ہے، گنوت گن دے جہدے وچ گن ہے اونوں ہور سمت دے دیندا ہے۔
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅਜੇ ਘਰ ਨਹੀਂ ਆਏ ਤੇ ਸੰਗਤ ਗੁਰੂ ਕੇ ਮਹਿਲਾਂ ਦੇ ਵਿੱਚ ਪਹੁੰਚ ਗਈ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਆਉਣ ਤੋਂ ਪਹਿਲਾਂ ਪਹਿਲਾਂ ਮਾਤਾ ਗੰਗਾ ਜੀ ਨੇ ਉਹਨਾਂ ਸੰਗਤਾਂ ਦੀ ਸੇਵਾ ਕੀਤੀ ਹੈ ਗੁਰੂ ਕੇ ਲੰਗਰਾਂ ਦੇ ਨਾਲ, ਤੇ ਜੋ ਕੁਝ ਸੰਗਤ ਲੈ ਕੇ ਆਈ ਹੈ ਪਿਆਰਿਓ ਉਹ ਮਾਤਾ ਗੰਗਾ ਦੇ ਹਵਾਲੇ ਗੱਠੜੀਆਂ ਕਰ ਦਿੱਤੀਆਂ। ਮਾਤਾ ਜੀ ਆਹ ਕੁਝ ਲੈ ਕੇ ਆਏ ਆ, ਤੇ ਇਕੱਲਾ ਇਕੱਲਾ ਪਸ਼ਮੀਨੇ ਇਕੱਲਾ ਇਕੱਲਾ ਥਾਨ ਖੋਲਦੇ ਨੇ ਤੇ ਉਹਦੇ ਵਿੱਚੋਂ ਸਾਰੇ ਦੇ ਸਾਰੇ ਭੇਜੇ ਹੋਏ ਨੇ। ਮਾਤਾ ਗੰਗਾ ਜੀ ਨੂੰ ਕਹਿ ਦਿੱਤਾ ਲਿਆਉਣ ਵਾਲੇ ਨੇ, ਮਾਤਾ ਜੀ ਜਦੋਂ ਘਰੋਂ ਤੁਰੇ ਸੀ ਬਿਲਕੁਲ ਸੁੱਕੇ ਸੀ ਤੇ ਹੁਣ ਰਸਤੇ ਦੇ ਵਿੱਚ ਬਰਸਾਤ ਆ ਗਈ ਹੈ ਤੇ ਇਸ ਕਰਕੇ ਭੇਜ ਗਏ ਨੇ। ਮਾਤਾ ਜੀ ਕਹਿੰਦੇ ਕੋਈ ਗੱਲ ਨਹੀਂ, ਇਹਨਾਂ ਨੂੰ ਛੱਤ ਦੇ ਉੱਤੇ ਫੋਨ ਦਿੰਦੇ ਹਾਂ। ਮਾਤਾ ਗੰਗਾ ਛੱਤ ਤੇ ਚੜ੍ਹੀ ਹੈ ਤੇ ਜਿਹੜਾ ਨਾਲ ਦਾ ਮਕਾਨ ਹੈ ਉਹ ਹੈ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾ ਦਾ, ਜਿਹਦਾ ਨਾਂ ਤੁਹਾਨੂੰ ਮੈਂ ਦੱਸਿਆ ਉਹਦਾ ਨਾਂ ਕੀ ਹੈ ਜੀ ਪ੍ਰਿਥੀ ਚੰਦ, ਪ੍ਰਿਥੀ ਚੰਦ। ਤੇ ਉਹਦੀ ਘਰਵਾਲੀ ਦਾ ਨਾਂ ਹੈ ਕਰਮੋ, ਕਰਮੋ ਛੱਤ ਦੇ ਉੱਤੇ ਚੜ੍ਹੀ ਹੈ। ਇਹਨੇ ਇਹੋ ਜੀ ਗੱਲ ਬੋਲੀ ਹੈ ਮਾਤਾ ਗੰਗਾ ਨੂੰ, ਇਹ ਕਹਿੰਦੀ ਤੇਰੇ ਤਾਂ ਘਰ ਦੇ ਵਿੱਚ ਸਾਂਭਣ ਵਾਲਾ ਹੈ ਹੀ ਕੋਈ ਨਹੀਂ, ਅੱਠ ਸਾਲ ਹੋ ਗਏ ਅਜੇ ਤੱਕ ਤਾਂ ਕੋਈ ਆਇਆ ਨਹੀਂ ਤੇ ਅੱਗੇ ਆਉਣਾ ਹੀ ਕਿਸੇ ਨਹੀਂ ਹੈ, ਤੇਰੀ ਕੁੱਖ ਸੱਖਣੀ ਨਹੀਂ ਹੋ ਸਕਦੀ। ਗੁਰਬਾਣੀ ਕਹਿੰਦੀ ਹੈ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸੰਦੀ ਹੈ ਫਿੱਕੋ ਫਿੱਕੀ ਸੋਏ। ਤੇ ਮਾਤਾ ਗੰਗਾ ਜੀ ਨੇ ਫਿਰ ਵੀ ਮਨ ਤਕੜਾ ਕਰਕੇ ਆਪਣੀ ਜਠਾਣੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਲਈਆਂ ਨੇ। ਸਿਦਕ ਹੈ, ਸਿੱਖੀ ਕੋਲ ਹੈ, ਬਾਣੀ ਕੋਲ ਹੈ, ਉਹ ਡੋਲ ਦੇਣੀ ਹੈ। ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ ਉਹਨਾਂ ਨੇ ਸਭ ਕੁਝ ਪਾਇਆ, ਜਠਾਣੀ ਦੀਆਂ ਇਹ ਜਿਹੜੀਆਂ ਭੈੜੀਆਂ ਗੱਲਾਂ ਨੇ ਨਾ ਉਹਦੇ ਉੱਤੇ ਵਾਲਾ ਧਿਆਨ ਨਹੀਂ ਦਿੱਤਾ ਤੇ ਨਾ ਹੀ ਕਦੇ ਧਿਆਨ ਗੁਰੂ ਅਰਜਨ ਦੇਵ ਮਹਾਰਾਜ ਨੇ ਦਿੱਤਾ। ਮੇਰੇ ਗੱਲ ਯਾਦ ਆ ਗਈ ਘਟਨਾ, ਤੇ ਨਾਮ ਜਪਣ ਵਾਲੇ ਕਦੇ ਡੋਲਦੇ ਨਹੀਂ, ਉਹ ਸਾਹਮਣਾ ਕਰ ਲੈਂਦੇ ਨੇ ਕਿਸੇ ਦੇ ਭੈੜੇ ਵਚਨਾਂ ਦਾ। ਕਰਮੋ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਦੀ ਸਕੀ ਭਰਜਾਈ ਹੈ, ਤਕਲੋ ਪਰਿਵਾਰ ਇੱਕੋ ਹੀ ਹੈ, ਇੱਕੋ ਹੀ ਪਿਤਾ ਦੇ ਤਿੰਨ ਪੁੱਤਰ ਨੇ ਤੇ ਤਿੰਨਾਂ ਦਾ ਸੁਭਾਅ ਅਲੱਗ ਅਲੱਗ ਹੈ। ਤੇ ਜਿਹੜਾ ਪਿਰਥੀ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਖਤਮ ਕਰਕੇ ਤੁਲ ਪਿਆ, ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਤਵੀ ਦੇ ਉੱਤੇ ਬੈਠੇ ਸੀ ਉਦੋਂ ਵੀ ਪਿਰਥੀ ਦਾ ਬਹੁਤ ਰੋਲ ਸੀ ਆਪਣੇ ਭਰਾ ਨੂੰ ਖਤਮ ਕਰਨ ਦੇ ਵਿੱਚ। ਤੱਕੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਘਰ ਦੇ ਵਿੱਚੋਂ ਨਿਕਲੇ ਨੇ ਤੇ ਕਰਮ ਨੇ ਸੋਚਿਆ ਮੈਂ ਇਹਨਾਂ ਨੂੰ ਮਾੜਾ ਮੋਟਾ ਰਸਤੇ ਦੇ ਵਿੱਚ ਛੇੜਖਾਨੀ ਕਰ ਲੈਂਦੀ ਹਾਂ ਤੇ ਤੱਕਦੀਆਂ, ਫਿਰ ਲੋਕਾਂ ਨੂੰ ਦੱਸੂ ਵੀ ਨਾਮ ਜਪਣ ਵਾਲੇ ਚਿੱਟੇ ਚੋਲਿਆਂ ਵਾਲੇ ਆਹ ਕਰਤੂਤਾਂ ਕਰਦੇ ਨੇ। ਕਰਮ ਉਹਨੇ ਭਰਿਆ ਜੀ ਬਾਹਟਾ ਨਾਲੀ ਦੇ ਵਿੱਚ ਚਿੱਕੜ ਦਾ ਕਾਲਾ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮਹਿਲਾਂ ਚ ਪੂਰੇ ਦਾ ਪੂਰੇ ਤਿਆਰ ਹੋ ਕੇ ਹਰਿਮੰਦਰ ਸਾਹਿਬ ਨੂੰ ਜਾ ਰਹੇ ਨੇ। ਉੱਥੇ ਬਾਬਾ ਬੁੱਢਾ ਜੀ ਉਡੀਕ ਰਹੇ ਨੇ, ਉੱਥੇ ਭਾਈ ਗੁਰਦਾਸ ਜੀ ਉਡੀਕ ਰਹੇ ਨੇ,
ਤੇ ਕਰਮੋ ਬੈਠੀ ਆ ਜਿਹੜਾ ਰਸਤੇ ਦੇ ਵਿੱਚ ਨਾਕਾ ਲਾਈ ਤੇ ਕੋਠੇ ਤੇ ਚੜ ਗਿਆ ਲੈ ਕੇ ਵਾਲਟਾ ਤੇ ਕੋਰ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨਿਕਲੇ ਉਸੇ ਰਸਤੇ ਦੇ ਉੱਤੇ ਕਰਮੋ ਦੇ ਤਾੜ ਦੇ ਕੇ ਜੀ ਪਾਣੀ ਗਾਰ ਚਿੱਕੜ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰ ਦੇ ਵਿੱਚ ਪਾ ਦਿੱਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕਦਮ ਤਾਂ ਨੂੰ ਤੱਕਿਆ ਵੀ ਇਹ ਕਿਹਨੇ ਭੈੜਾ ਪਾਣੀ ਸਿਰ ਦੇ ਵਿੱਚ ਪਾ ਦਿੱਤਾ ਸਾਰੇ ਕੱਪੜੇ ਖਰਾਬ ਹੋ ਗਏ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਾਹ ਪੈ ਗਈ ਮੇਰੀ ਭਰਜਾਈ ਆ ਇਹ ਕਰਮ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਮੱਥੇ ਤਿਉੜੀ ਨਹੀਂ ਪਾਈ ਮਹਾਰਾਜ ਜੀ ਨੇ ਮੁੱਖ ਦੇ ਵਿੱਚੋਂ ਨਿਕਲਿਆ ਧੰਨ ਗੁਰੂ ਰਾਮਦਾਸ ਇਹਦਾ ਭਲਾ ਕਰਿਓ ਸਤਿਗੁਰੂ ਹਰਿਮੰਦਰ ਸਾਹਿਬ ਨਹੀਂ ਗਏ ਤੇ ਵਾਪਸ ਆ ਗਏ ਤੇ ਅੱਗੇ ਬੈਠੀ ਆ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਿਲ ਉਹਨਾਂ ਨੇ ਤੱਕ ਲਿਆ ਵੀ ਸਤਿਗੁਰੂ ਜੀ ਘਰ ਦੇ ਵਿੱਚ ਇਹਨੇ ਰਸਤੇ ਵਿੱਚ ਕੋਈ ਘਟਨਾ ਹੋ ਗਈ ਨਾ ਉਹਨਾਂ ਨੇ ਪੁੱਛਿਆ ਵੀ ਗੱਲ ਕੀ ਹੋ ਗਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਵੇਂ ਵਸਤਰ ਦੇ ਦਿੱਤੇ ਤੇ ਇਸ਼ਨਾਨ ਦੀ ਖਾਤਰ ਬਾਲਟਾ ਪਾਣੀ ਦਾ ਭਰ ਦਿੱਤਾ ਤਿਆਰ ਹੋਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਬਾਰਾ ਅੰਮ੍ਰਿਤ ਵੇਲਾ ਬਤੀਤ ਹੋ ਗਿਆ ਡਿਗਣ ਪੈ ਗਿਆ ਰਸਤੇ ਦੇ ਵਿੱਚ ਸਮਾਂ ਨਿਕਲ ਗਿਆ ਤੇ ਜਿਉਂ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਬਾਰਾ ਗਏ ਜੀ ਹਰਿਮੰਦਰ ਸਾਹਿਬ ਉਦੋਂ ਸਮਾਪਤੀ ਹੋ ਚੁੱਕੀ ਸੀ ਜਿਹੜੀ ਡਿਊਟੀ ਗੁਰੂ ਅਰਜਨ ਦੇਵ ਮਹਾਰਾਜ ਵਾਲੀ ਸੀ ਉਹ ਸੇਵਾ ਭਾਈ ਗੁਰਦਾਸ ਜੀ ਨੇ ਨਿਭਾ ਦਿੱਤੀ ਹੈ ਤੇ ਕਈ ਵਾਰ ਬਾਬਾ ਜੀ ਨੂੰ ਕੰਮ ਹੋ ਜਾਂਦਾ ਇੱਥੇ ਨਿਤਨੇਮ ਮਿਲੇ ਤੇ ਇੱਥੇ ਸਾਰੇ ਜਣੇ ਤੁਸੀਂ ਨਾਮ ਬਾਣੀ ਦੇ ਰਸੀ ਉਹਨੇ ਹੋਣਾ ਵੀ ਚਾਹੀਦਾ ਤੇ ਇੱਦਾਂ ਨਾ ਹੋਵੇ ਵੀ ਗ੍ਰੰਥੀ ਨਹੀਂ ਆਇਆ ਬਾਬਾ ਜੀ ਨਹੀਂ ਆਏ ਤੇ ਅਸੀਂ ਉਕਣੇ ਪਤਾਸੇ ਨਹੀਂ ਸਾਰਿਆਂ ਨੂੰ ਗੁਰਬਾਣੀ ਆਉਂਦੀ ਚਾਹੀਦੀ ਹੈ ਤੇ ਨਹੀਂ ਕਈ ਨਗਰਾਂ ਦੇ ਵਿੱਚ ਇੱਦਾਂ ਹੁੰਦਾ 20-20 ਸਾਲ ਬਾਬਾ ਜੀ ਗੁਰਦੁਆਰੇ ਦੇ ਵਿੱਚ ਜਾਂਦਿਆਂ ਨੂੰ ਹੋ ਜਾਂਦੇ ਪਰ ਜਪਜੀ ਸਾਹਿਬ ਨਹੀਂ ਆਉਂਦੀ ਹੁੰਦੀ ਇਹ ਸਾਨੂੰ ਜਿਹੜੀ ਜ਼ਿੰਦਗੀ ਮਿਲੀ ਆ ਨਾ ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਮਿਲੀ ਹੈ ਉਹਦਾ ਵੱਡਾ ਯੋਗਦਾਨ ਹੈ ਕਿ ਉਹਦਾ ਸ਼ੁਕਰ ਅਦਾ ਕਰਿਆ ਕਰੋ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਹਰਿਮੰਦਰ ਸਾਹਿਬ ਪਹੁੰਚ ਕੇ ਲੇਟ ਹੋ ਗਏ ਤੇ ਪੁੱਛਣਾ ਕੀਤਾ ਉੱਥੋਂ ਦੀਆਂ ਸੰਗਤਾਂ ਨੇ ਮਹਾਰਾਜ ਤੁਹਾਡਾ ਤਾਂ ਹੁਕਮ ਹੈ ਝੱਖੜ ਝਾਂਗੀ ਮੀਂਹ ਬਰਸੇ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਵੋ ਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤੇ ਸਿੱਖ ਗੁਰ ਬਿਨ ਮਰ ਜਾਈ ਮਹਾਰਾਜ ਤੁਸੀਂ ਤਾਂ ਸਾਨੂੰ ਆਪ ਰੋਜ਼ਾਨਾ ਉਪਦੇਸ਼ ਦਿੰਦੇ ਹੋ ਤੇ ਸਤਿਗੁਰੂ ਤੁਸੀਂ ਲੇਟ ਆਏ ਹੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰਿਆਂ ਨੂੰ ਬਿਠਾ ਲਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾਡਾ ਕੋਈ ਰਸਤਾ ਰੋਕਣ ਲੱਗ ਪਿਆ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਇਹੋ ਜਿਹਾ ਕੌਣ ਹੈ ਜਿਹੜਾ ਤੁਹਾਡਾ ਰਸਤਾ ਰੋਕਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕੋਈ ਹੋਰ ਨਹੀਂ ਉਹ ਸਾਡੇ ਆਪਣੀ ਨੇ ਮੇਰੀ ਸਕੀ ਭਰਜਾਈ ਕਰਮ ਹੈ ਮੈਨੂੰ ਰੋਕਦੇ ਗੁਰੂ ਦੇ ਵੱਲ ਆਉਣਾ ਮਹਾਰਾਜ ਜੀ ਕਹਿੰਦੇ ਮੈਨੂੰ ਇੱਥੇ ਆਉਣ ਨਹੀਂ ਦਿੰਦੇ ਰਾਹ ਦੇ ਵਿੱਚ ਰੋੜਾ ਬਣ ਜਾਂਦੇ ਨੇ ਜੀ ਸਾਰੇ ਹੋਏ ਈਰ ਖਲਾ ਦੇ Yeah.
ਸਾਡੇ ਆਪਣੀ ਮੇਰਾ ਰਸਤਾ ਰੋਕ ਲੈਂਦੇ ਨੇ ਅੱਜ ਮੇਰੀ ਪਰਝਾਈ ਕਰਮ ਉਹਨੇ ਸਿਰ ਦੇ ਵਿੱਚ ਗਾਰ ਪਾ ਦਿੱਤਾ ਬਾਬਾ ਬੁੱਢਾ ਜੀ ਦੇ ਕੋਲੋਂ ਰਿਹਾ ਨਾ ਗਿਆ ਆ ਤੱਕੋ ਨਾਮ ਜਪਣ ਵਾਲੇ ਦੇ ਵਿੱਚ ਇੰਨੀ ਕਪੈਸਿਟੀ ਹੁੰਦੀ ਹੈ ਜੇ ਪੱਥਰ ਦੇ ਉੱਤੇ ਲੀਕ ਖਿੱਚ ਦਿੰਦਾ ਸਖਤ ਹੁੰਦੀ ਹੈ ਸਾਧੂ ਬੋਲੇ ਸਹਿਜ ਸੁਪਾਏ ਸਾਧ ਕਾ ਬੋਲਿਆ ਬਿਰਥਾ ਨਾ ਜਾਏ ਉਹ ਸਾਧ ਹੋਵੇ ਬਾਬਾ ਗੱਜਣ ਸ਼ਾਹ ਵਰਗਾ ਤੇ ਉਹ ਤਾਂ ਦਰਿਆ ਨੂੰ ਵੀ ਆਪਣੇ ਪਿੱਛੇ ਲਾ ਲੈਂਦਾ ਹੈ ਆਖੋ ਸਤਨਾਮ ਇਹ ਧੰਨੁਰ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਗੱਲ ਦੱਸ ਦਿੱਤੀ ਹੈ ਤੇ ਬਾਬਾ ਬੁੱਢਾ ਜੀ ਕਹਿੰਦੇ ਸਤਿਗੁਰੂ ਹੈ ਦਾਤਾ ਜਿਹਨਾਂ ਹੱਥਾਂ ਦੇ ਨਾਲ ਕਰਮ ਉਹਨੇ ਤੁਹਾਡੇ ਸਿਰ ਦੇ ਵਿੱਚ ਗਾਰ ਪਾਇਆ ਉਹਨੂੰ ਕੋੜ ਕਿਉਂ ਨਹੀਂ ਹੋ ਗਿਆ ਉਹਨੂੰ ਫਿਲਕੇ ਕਿਉਂ ਨਹੀਂ ਉੱਠ ਕਰੇ ਜਦੋਂ ਇਹ ਗੱਲ ਆਖੀ ਨਾ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਨੇਤਰਾਂ ਦੇ ਵਿੱਚੋਂ ਪਿਆਰਿਓ ਅੱਥਰੂ ਐਤਰੇ ਮਹਾਰਾਜ ਜੀ ਕਹਿੰਦੇ ਬਾਬਾ ਜੀ ਏਦਾਂ ਨਾ ਕਹੋ ਉਹ ਕੋਈ ਉੱਪਰ ਹੀ ਨਹੀਂ ਸਾਡੇ ਹੀ ਨੇ ਤੇ ਕਿਹਾ ਗਿਆ ਨਾ ਵਾਪਸ ਨਹੀਂ ਆਉਂਦਾ ਫਿਰ ਜੋ ਕੁਛ ਕਹਿ ਦਿੱਤਾ ਹੈ ਪ੍ਰਭ ਜੀ ਵਸੇ ਸਾਧ ਕੀ ਰਸਨਾ ਜੀਵ ਦੇ ਉੱਤੇ ਪਰਮੇਸ਼ਰ ਦਾ ਵਾਸਾ ਹੈ ਉਹੀ ਕੁਝ ਹੋਇਆ ਇਤਿਹਾਸ ਲਿਖਦਾ ਵੀ ਹਫ਼ਤੇ ਦੇ ਅੰਦਰ ਅੰਦਰ ਨਾ ਕਰਮ ਉਹਨੂੰ ਫਿਲਕਰੇ ਉੱਠ ਕੜੇ ਹਫ਼ਤੇ ਦੇ ਅੰਦਰ ਅੰਦਰ ਇਹੋ ਜਿਹਾ ਸਰੀਰ ਹੋਇਆ ਜੀ ਹਾਥੀ ਵਰਗੀ ਦੀ ਚਮੜੀ ਹੋ ਗਈ ਤੇ ਇਹਨੂੰ ਕੋੜ ਫੁੱਟ ਉੱਠਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਲੱਗਿਆ ਇਹਨਾਂ ਦੇ ਘਰ ਦੇ ਵਿੱਚ ਕੋੜ ਦੀ ਬਿਮਾਰੀ ਆ ਗਈ ਹੈ ਪ੍ਰਿਥੀ ਚੰਦ ਬੜਾ ਇਲਾਜ ਕਰਵਾਉਂਦਾ ਤੇ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਜਿਹਦੇ ਸਿਰ ਦੇ ਵਿੱਚ ਕੂੜਾ ਪਾਇਆ ਉਹ ਅੱਜ ਫੇਰ ਉਹ ਤੋਂ ਰਿਹਾ ਨਾ ਗਿਆ ਉਹ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਕਹਿਣ ਲੱਗੇ ਗੰਗਾ ਚੱਲ ਤੇਰੀ ਜਠਾਣੀ ਦੀ ਖਬਰ ਲੈ ਆਈਏ ਸਿਰ ਦੇ ਉੱਤੇ ਕੂੜਾ ਪਾਇਆ ਗੰਗਾ ਨੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫੇਰ ਜਾ ਕੇ ਉਹਨਾਂ ਦੇ ਦੁਆਰ ਦੇ ਵਿੱਚ ਬੈਠ ਗਏ ਤੇ ਪਤਾ ਲੱਗਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਭਰਜਾਈ ਨੂੰ ਮੇਰਾ ਜੇਠ ਆਇਆ ਆਏ ਨੇ ਸਾਡੇ ਵੱਡੇ ਤੇ ਇਹਨੇ ਦੀਦਾਰੇ ਕਰਨੇ ਚੰਗੇ ਨਾ ਸਮਝੇ ਮਹਾਰਾਜ ਜੀ ਕਹਿੰਦੇ ਨੇ ਮੰਦ ਭਾਗੀ ਤੇਰੋ ਦਰਸ਼ਨ ਨਾ ਇਹ ਮੰਦੇ ਕਰਮਾਂ ਵਾਲੇ ਨੂੰ ਦੀਦਾਰੇ ਨਹੀਂ ਹੁੰਦੇ ਤੱਕ ਲਿਓ ਕਦੇ ਵੀ ਮੰਦੇ ਕਰਮਾਂ ਵਾਲਾ ਨਾ ਕਿਤੇ ਅਖੰਡ ਪਾਠ ਦੀ ਤਰੀਕ ਵੀ ਬਾਬਾ ਜੀ ਨੂੰ ਲਿਖਾ ਦੇਵੇ ਉਹਦੇ ਵਿੱਚ ਵੀ ਵਿਘਨ ਪੈ ਜਾਂਦਾ ਆਖੋ ਸਤਨਾਮ ਕਰਮਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਕ ਕੇ ਵੱਡਾ ਘੁੰਡ ਕੱਢ ਲਿਆ ਤੇ ਇੱਕ ਪਾਸੇ ਬੈਠੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਸਤਿਗੁਰ ਨੇ ਫੇਰ ਕਹਿ ਦਿੱਤਾ ਗੰਗਾ ਇਹਨਾਂ ਨੂੰ ਕਹਿ ਦੇ ਜੇ ਅਰੋਗ ਤਾਂ ਚਾਹੁੰਦੇ ਨੇ ਇਹ ਹਰ ਕੀ ਪੌੜੀ ਦੇ ਉੱਤੇ ਜਾ ਕੇ ਇਸ਼ਨਾਨ ਕਰੇ ਆਵਣ ਠੀਕ ਹੋ ਜਾਵਣਗੇ ਤੇ ਮਹਾਰਾਜ ਨਾਮ ਜਪਣ ਵਾਲਾ ਫੇਰ ਨਹੀਂ ਪਿੱਛੇ ਹਟਦਾ ਇੱਕ ਨਾ ਕੋਈ ਬੰਦਾ ਜਲ ਦੇ ਛੱਪੜੀ ਦੇ ਕਿਨਾਰੇ ਵਿੱਚ ਬੈਠਾ ਨਾਮ ਜਪਣ ਵਾਲਾ ਉਹਦੀ ਨਿਗਾਹ ਪੈ ਗਈ ਪਾਣੀ ਦੇ ਵਿੱਚ ਇੱਕ ਬਿੱਛੂ ਜਿਹੜਾ ਵਾਰ ਵਾਰ ਬਾਹਰ ਨਿਕਲਦਾ ਯਤਨ ਕਰਦਾ ਹੈ ਤੇ ਉਹ ਫੇਰ ਕਿਨਾਰੇ ਤੋਂ ਤਿਲਸ ਜਾਂਦਾ ਫੇਰ ਵਿੱਚ ਜਾ ਡਿੱਗਦਾ ਤੇ ਨਾਮ ਜਪਣ ਵਾਲਾ ਉੱਥੇ ਚੌਂਕੜਾ ਮਾਰਿਆ ਹੋਇਆ ਨੇ ਕਹਿੰਦਾ ਰੱਬਾ ਕਿਤੇ ਇਹਨੂੰ ਮੈਂ ਜਾਨ ਬਚਾ ਲਵਾਂ ਮੇਰਾ ਨਾਮ ਜਪਿਆ ਸਫਲਾ ਹੋ ਜਾਵੇਗਾ ਉਹਨੇ ਹੱਥ ਪਾਇਆ ਜੀ ਪਾਣੀ ਦੇ ਵਿੱਚ ਤੇ ਜਿਹੜਾ ਬਿੱਛੂ ਦਾ ਸੁਭਾਅ ਹੁੰਦਾ ਹੈ ਉਹਦਾ ਸੁਭਾਅ ਹੁੰਦਾ ਹੈ ਡੰਗ ਮਾਰਨਾ ਤੇ ਨਾਮ ਜਪਣ ਵਾਲੇ ਨੇ ਹੱਥ ਪਾਇਆ ਤੇ ਬਿੱਛੂ ਨੇ ਤੌਰ ਦੇ ਕੇ ਡੰਗ ਮਾਰਿਆ ਹੱਥ ਖੂਨ ਦੇ ਨਾਲ ਲੱਥ ਪੱਤ ਹੋ ਗਿਆ ਪਰ ਸੱਤ ਵਾਰ ਫੇਰ ਕੱਢਣਾ ਚਾਹਿਆ ਤੇ ਨਾ ਕੱਢ ਸਕਿਆ ਕੋਈ ਹੋਰ ਬੈਠਾ ਕਹਿੰਦਾ ਬਾਬਾ ਜੀ ਇਹ ਤਾਂ ਡੰਗ ਮਾਰੀ ਜਾਂਦਾ ਹੈ ਕਿਉਂ ਹੱਥ ਦੇ ਵੈਰੀ ਬਣਿਓ ਨਾਮ ਜਪਣ ਵਾਲਾ ਕਹਿੰਦਾ ਮੇਰੇ ਗੁਰੂ ਦਾ ਹੁਕਮ ਹੈ ਕਿਸੇ ਦੀ ਜਾਨ ਬਚਾਉਣਾ ਤੇ ਜਿਹੜਾ ਇਹਦਾ ਸੁਭਾਅ ਹੈ ਇਹ ਡੰਗ ਮਾਰਨਾ ਹੀ ਇਹਨੇ ਸਾਰੀ ਉਮਰ ਡੰਗ ਹੀ ਮਾਰੀ ਜਾਣਾ ਤੇ ਮੈਂ ਉਹਨਾਂ ਚਿਰ ਇਹਨੂੰ ਡੰਗ ਸਹੀ ਜਾਵਾਂਗਾ ਜਿੰਨਾ ਚਿਰ ਨੂੰ ਵਾਰ ਨਹੀਂ ਕੱਢ ਲੈਂਦਾ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸੌਖਾ ਤਰੀਕਾ ਦੱਸ ਦਿੱਤਾ ਤੇ ਇੱਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਮਹਿਲਾਂ ਦੇ ਵਿੱਚ ਆਏ ਤੇ ਮਾਤਾ ਗੰਗਾ ਜੀ ਫੁੱਟ ਫੁੱਟ ਕੇ ਰੋਣ ਲੱਗ ਪਏ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੰਗਾ ਕਾਹਦੀ ਘਾਟ ਪੈ ਗਈ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਦੇ ਉੱਤੇ ਤਾਂ ਇੱਥੇ ਤਾਂ ਸਦਾ ਹੀ ਖੁਸ਼ੀਆਂ ਦਾ ਖੇੜਾ ਬਰਕਤਾਂ ਰਹਿੰਦੀਆਂ ਨੇ ਤੇਰੀਆਂ ਅੱਖਾਂ ਦੇ ਵਿੱਚ ਅਥਰੂ ਮਾਂ ਗੰਗਾ ਕਹਿੰਦੀ ਸਿਰ ਦੇ ਸਾਈਆਂ ਲੱਖਾਂ ਲੋਕ ਆ ਕੇ ਤੇਰੇ ਕੋਲੋਂ ਅਰਦਾਸਾਂ ਕਰਵਾ ਕੇ ਜਾਂਦੇ ਨੇ ਇੱਥੇ ਪੁੱਤਰਾਂ ਵਾਲਿਆਂ ਨੂੰ ਪੁੱਤ ਮਿਲਦੇ ਨੇ ਤੇ ਇੱਥੇ ਸਤਿਗੁਰੂ ਜੋ ਵੀ ਕੁਝ ਤੇਰੇ ਦਰ ਦੇ ਉੱਤੇ ਮੰਗਦਾ ਖਾਲੀ ਝੋੜੀ ਲੈ ਕੇ ਆਉਂਦੇ ਨੇ ਭਰੀਆਂ ਲੈ ਕੇ ਜਾਂਦੇ ਤੇ ਆਪਣੇ ਘਰ ਦੇ ਵਿੱਚ ਹਨੇਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਾਤਾ ਗੰਗਾ ਜੀ ਨੇ ਕਹਿ ਦਿੱਤਾ ਸਤਿਗੁਰੂ ਤੱਕੋ ਆਪਣੇ ਵਿਆਹ ਨੂੰ 8 ਸਾਲ ਬਤੀਤ ਹੋ ਗਏ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਪਾਣਾ ਹੈ ਕੋਈ ਗੱਲ ਨਹੀਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਾਤਾ ਗੰਗਾ ਨੇ ਸਾਰੀ ਗੱਲ ਦੱਸ ਦਿੱਤੀ ਅੱਜ ਮੇਰੀ
ਜਠਾਣੀ ਨੇ ਕਰਮੋਂ ਨੇ ਮੈਨੂੰ ਬੜੇ ਭੈੜੇ ਕਬੋਲ ਬੋਲੇ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸਰ ਨਾ ਕਰਿਆ ਕਰੋ, ਇੱਧਰ ਚੀ ਪਾਓ, ਇੱਧਰ ਚੀ ਪਰ ਨਹੀਂ ਰਿਹਾ ਗਿਆ। ਮਾਤਾ ਗੰਗਾ ਜੀ ਦੀਆਂ ਅੱਖਾਂ ਦੇ ਵਿੱਚੋਂ ਵਹਿੰਦੇ ਅੱਥਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਤੱਕੇ। ਸਤਿਗੁਰ ਜੀ ਇੱਕ ਉਪਾਅ ਦੱਸਦੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਾਹ ਪਈ ਵੀ ਹੁਣ ਕਿਹਦੇ ਕੋਲੋਂ ਅਰਦਾਸ ਕਰਵਾਈਏ, ਆਪ ਵੀ ਕਰ ਸਕਦੇ ਸੀ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਘਰ ਦੇ ਵਜ਼ੀਰ ਨੂੰ, ਗੁਰੂ ਘਰ ਦੇ ਗ੍ਰੰਥੀ ਨੂੰ ਮਾਰ ਦੇਣਾ ਸੀ। ਕਈ ਕਹਿ ਦਿੰਦੇ ਨੇ ਮਹਾਰਾਜ ਨੇ ਆਪੇ ਅਰਦਾਸ ਕਰ ਲੈਣੀ ਸੀ, ਨਹੀਂ, ਤੇ ਜਿਹੜਾ 95 ਸਾਲ ਦਾ ਬਾਬਾ ਬੀੜ ਸਾਹਿਬ ਦੇ ਵਿੱਚ ਬੈਠਾ ਉਹਨੂੰ ਮਾਣ ਦਵਾਉਣਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਤੇ ਸਤਿਗੁਰੂ ਜੀ ਕਹਿੰਦੇ ਗੰਗਾ ਜੀ ਜੇ ਔਲਾਦ ਚਾਹੁੰਦੇ ਹੋ, ਇੱਥੇ ਇੱਕ ਪ੍ਰਸ਼ਨ ਕਈ ਵਾਰ ਕੋਈ ਕਹਿ ਦਿੰਦਾ ਵੀ ਬਾਬਾ ਜੀ ਨੇ ਕਿਤੇ ਇਕੱਲੇ ਪੁੱਤਰੇ ਵੰਡੇ ਨੇ, ਨਹੀਂ, ਧੀਆਂ ਵੀ ਵੰਡੀਆਂ ਨੇ, ਸੰਤਾਨ ਵੰਡੀਆਂ। ਤੇ ਅੱਜ ਕੱਲ੍ਹ ਦੇ ਬਾਬੇ ਉਹਨਾਂ ਦਾ ਮੇਰਾ ਖਿਆਲ ਵੀ ਪ੍ਰੋਗਰਾਮ ਹੀ ਆ ਵੀ ਜਿਹੜਾ ਸਾਡੇ ਕੋਲ ਆ ਜਾਵੇ ਪੁੱਤੇ ਹੀ ਦਿੰਦੇ ਆ, ਧੀਆਂ ਤਾਂ ਦਿੰਦੇ ਨਹੀਂ, ਫਿਰ ਧੀਆਂ ਮਗਰ ਪੈ ਜਾਣਗੀਆਂ, ਬਾਬੇ ਕਿਤੇ ਪੁੱਤੇ ਹੀ ਵੰਡਦੇ ਨੇ। ਕਿਸੇ ਦੇ ਨਾਲ ਦਰੈਤ ਨਹੀਂ ਹੈ ਇੱਥੇ, ਕਿਸੇ ਦੇ ਨਾਲ ਈਰਖਾ ਹੈ ਨਹੀਂ ਹੈ ਇੱਥੇ, ਤਾਂ ਧੀਆਂ ਨੂੰ ਵੀ ਸਤਿਕਾਰ ਮਿਲਦਾ, ਇੱਥੇ ਪੁੱਤਰਾਂ ਨੂੰ ਵੀ ਸਤਿਕਾਰ, ਇੱਥੇ ਬਜ਼ੁਰਗਾਂ ਨੂੰ ਵੀ ਸਤਿਕਾਰ ਮਿਲਦਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੰਗਾ ਜੀ ਜੇ ਪੁੱਤਰ ਦੀ ਸੰਤਾਨ ਦੀ ਪ੍ਰਾਪਤੀ ਚਾਹੁੰਦੇ ਹੋ ਤਾਂ ਇੱਥੋਂ ਪੈਦਲ ਤੁਲ ਕੇ ਜਾਓ। ਕਿੱਥੇ ਆ ਜਾਂਦੇ ਹੋ ਨਾ ਤੁਸੀਂ? ਅੰਮ੍ਰਿਤਸਰ ਤੋਂ 13-14 ਕੁ ਕਿਲੋਮੀਟਰ ਹੈ ਝਵਾਲ ਤੇ ਬੀੜ ਸਾਹਿਬ, ਤੇ ਉੱਥੇ ਬਾਬਾ ਜੀ ਰਹਿੰਦੇ ਨੇ। ਉੱਥੇ ਨਾ ਆ ਜੇਠ ਦੇ ਮਹੀਨੇ ਦੇ ਵਿੱਚ ਜੀ ਸਾਲਾਨਾ ਸਮਾਗਮ ਹੁੰਦਾ, ਮੈਂ ਕਈ ਵਾਰ ਜੱਥੇ ਦੇ ਨਾਲ ਹਾਜ਼ਰੀ ਭਰ ਕੇ ਆਇਆ। ਤੇ ਉੱਥੇ ਅੱਜ ਕੱਲ੍ਹ ਵੀ ਜਿੱਥੇ ਅਸੀਂ ਵੱਡੇ ਵੱਡੇ ਲੰਗਰ ਲਗਾਉਂਦੇ ਹਾਂ ਨਾ, ਹੁਣ ਤਾਂ ਸਿੱਖਾਂ ਨੇ ਲੰਗਰ ਦੀ ਮਹੱਤਤਾ ਬਦਲ ਦਿੱਤੀ ਹੈ। ਇੱਕ ਅਸੀਂ ਗਏ ਇੱਥੇ ਬਠਿੰਡੇ ਸਾਈਡ, ਉੱਥੇ ਗੋਲ ਗੱਪਿਆਂ ਦਾ ਲੰਗਰ ਲਾਇਆ ਹੋਇਆ, ਸਿੱਖਾਂ ਨੇ ਲੰਗਰ ਦੀ ਮਹੱਤਤਾ ਹੀ ਬਦਲ ਦਿੱਤੀ ਹੈ। ਪੀਜ਼ਿਆਂ ਦੇ, ਬਰਗਰਾਂ ਦੇ, ਕੁਲਫੀਆਂ ਦੇ, ਨਹੀਂ ਨਹੀਂ, ਲੰਗਰ ਤਾਂ ਆਹੀ ਹੁੰਦਾ ਜਿਹੜਾ ਗੁਰੂ ਕੇ ਪ੍ਰਸ਼ਾਦਾ ਤੇ ਦਾਲ ਫੁਲਕਾ, ਇਹ ਵਧੀਆ ਲੰਗਰ ਹੈ, ਇਹਦੇ ਵਿੱਚ ਨਹੀਂ ਬਦਲਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੰਗਾ ਜੀ ਜੇ ਜਾਣਾ ਬਾਬਾ ਬੁੱਢਾ ਜੀ ਨੂੰ ਮਿਲਣ ਦੇ ਵਾਸਤੇ ਕਰੋ, ਪ੍ਰਸ਼ਾਦਾ ਲੈ ਕੇ ਜਾਇਓ, ਹੋਰ ਨਹੀਂ ਕੋਈ ਕੀਮਤੀ ਸਮਾਨ ਲੈ ਕੇ ਜਾਣਾ। ਮਾਤਾ ਗੰਗਾ ਜੀ ਨੇ ਅੱਧੀ ਰਾਤ ਨੂੰ ਆਟਾ ਗੁੰਨਣਾ ਸ਼ੁਰੂ ਕਰ ਦਿੱਤਾ, ਨਾਲ ਉਹਦੀਆਂ ਸੱਚੀਆਂ ਸਹੇਲੀਆਂ, ਨਾਲੇ ਆਟਾ ਗੁੰਨੀ ਜਾਂਦੀਆਂ ਨੇ ਤੇ ਨਾਲ ਹੀ ਸੁਖਮਨੀ ਸਾਹਿਬ ਪੜ੍ਹੀ ਜਾਂਦੀਆਂ ਨੇ। ਬ੍ਰਹਮ ਗਿਆਨੀ ਸਭ ਜੀਵੇ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਬਸ ਇੱਕੋ ਹੀ ਧਾਰਨਾ ਮੈਂ ਲਾਉਣੀ ਆ, ਕਈ ਵਾਰ ਔਖਾ ਹੋ ਜਾਂਦਾ ਸੰਗਤ ਦੇ ਵਿੱਚ ਬੈਠਣਾ, ਤੇ ਜਿਹੜਾ ਮੇਰਾ ਸੁਭਾਅ ਵੀ ਜਿੰਨਾ ਚਿਰ ਮੈਨੂੰ ਇਸ਼ਾਰਾ ਨਹੀਂ ਹੁੰਦਾ ਉਨਾ ਚਿਰ ਮੈਂ ਹਟਦਾ ਨਹੀਂ, ਤੇ ਮੈਨੂੰ ਇਸ਼ਾਰਾ ਹੋ ਗਿਆ ਤੇ ਕੁਝ ਪੱਲੇ ਵੀ ਪੈਣਾ ਚਾਹੀਦਾ। ਤੇ ਮੇਰੇ ਕੋਲ ਮੇਰਾ ਖਿਆਲ ਵੀ ਰੋਜ਼ਾਨਾ ਹੀ, ਕੱਲ੍ਹ ਨੂੰ ਫਿਰ 2-3 ਦੀਵਾਰ ਨੇ, ਤੇ ਇਸੇ ਤਰ੍ਹਾਂ ਰੋਜ਼ਾਨਾ ਹੀ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋ ਰਹੀ ਹੈ ਜੀ। ਹਾਂ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿਖਾ ਦਿੱਤਾ। ਕਬੀਰ ਜੀ ਕਹਿੰਦੇ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਤੇ ਤੁਸੀਂ ਜਾਓ ਸਭਾ ਦੇ ਵੇਲੇ, ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਨਾ ਸ਼ਹੀਦੀ ਦਿਹਾੜਾ ਹੁੰਦਾ ਤੇ ਉੱਥੇ ਸਾਦਗੀ ਦੇ ਵਿੱਚ ਇਤਿਹਾਸ ਦਾ ਦੱਸਦਾ ਵੀ ਪੁਰਾਣੀਆਂ ਜਿਹੜੀਆਂ ਬੀਬੀਆਂ 80-80 ਸਾਲ ਦੀਆਂ ਉਹ ਪੈਦਲ ਜਾਂਦੀਆਂ ਹੁੰਦੀਆਂ ਸੀ, ਨਾਲੇ ਅੱਖਾਂ ਦੇ ਵਿੱਚ ਅੱਥਰੂ ਵਹਾਉਂਦੀਆਂ ਹੁੰਦੀਆਂ ਸਨ। ਤੇ ਅੱਜ ਮੈਂ ਕਈ ਬੀਬੀਆਂ ਦੇ ਉੱਥੇ ਦਰਸ਼ਨ ਕਰਦਾ ਜਿਹੜੇ ਮਹਿ ਗਈ, ਮੇਰਾ ਖਿਆਲ ਵੀ ਪਕਵਾਨ ਵੀ ਲੈ ਕੇ ਜਾਂਦੇ ਨੇ, ਜਲੇਬੀਆਂ ਵੀ ਉੱਥੇ ਵਰਤਦੀਆਂ ਨੇ, ਨਹੀਂ ਉੱਥੇ ਗੁਰੂ ਅਰਜਨ ਕਲਗੀਧਰ ਮਹਾਰਾਜ ਜੀ ਦੇ ਅੰਦਰਾਂ ਦਾ ਰੋਗਨ ਨੀਹਾਂ ਦੇ ਵਿੱਚ ਚਿਣਿਆ ਹੋਇਆ, ਜੇ ਉਹਨਾਂ ਨੂੰ ਮਿਲ ਜਾਣਾ ਨਾ ਫਿਰ ਆ ਨਾ ਵੀ ਗਹਿਣੇ ਗੱਟੇ ਪਾ ਕੇ ਸੁਰਖੀਆਂ ਬਿੰਦੀਆਂ ਇਹਨਾਂ ਨੂੰ ਛੱਡ ਕੇ ਸਾਦਗੀ ਵਿੱਚ ਜਾਈਏ। ਸ਼ਹੀਦਾਂ ਦੇ ਮਕਾਨ ਜਾਂਦੇ ਹਾਂ ਅਸੀਂ, ਉਹਨਾਂ ਨੂੰ ਮਿਲਣ ਵਾਸਤੇ ਜਾਂਦੇ ਹਾਂ। ਤੇ ਅੱਜ ਬਾਬਾ ਬੁੱਢਾ ਜੀ ਬੈਠੇ ਬੀੜ ਸਾਹਿਬ ਦੇ ਵਿੱਚ, ਮਾਤਾ ਗੰਗਾ ਜੀ ਨੇ ਜਾ ਕੇ ਨਾ ਦਰਵਾਜ਼ੇ ਦੇ ਵਿੱਚ ਚਲ ਖੜਕਾ ਦਿੱਤੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੇਵਾਦਾਰ ਬਾਬਾ ਬੁੱਢਾ ਜੀ ਦੀ ਨਿਗਾਹ ਪਈ ਹੈ, ਮਾਤਾ ਗੰਗਾ ਜੀ ਆਏ ਨੇ। ਤੇ ਭੱਜ ਕੇ ਜਾ ਕੇ ਮਾਤਾ ਗੰਗਾ ਜੀ ਦੇ 85-90 ਸਾਲ ਦੇ ਬਜ਼ੁਰਗ ਨੇ ਪੈਰ ਪਕੜ ਲਏ, ਨਾਲੇ ਐਡਾ ਵੱਡਾ ਮਾਣ ਹੈ, ਸਿੱਖ ਕੌਮ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਹੋਏ ਨੇ। ਤੇ ਬਾਬਾ ਜੀ ਨੇ ਪੈਰ ਪਕੜ ਲਏ ਤੇ ਮਾਤਾ ਜੀ ਦੇ ਕੋਲੋਂ ਪੁੱਛਿਆ, ਮਾਤਾ ਜੀ ਲਿਆਓ ਪੌਣੇ ਦੇ ਵਿੱਚ ਕੀ ਲੈ ਕੇ ਆਓ, ਗੰਢਾਂ ਮਾਰੀਆਂ ਹੋਈਆਂ ਨੇ। ਖੋਲਿਆ ਮਿਸੇ ਪ੍ਰਸ਼ਾਦਿਆਂ ਵਾਲਾ ਉਹ ਪੌਣਾ, ਆਪਣੇ ਸਿੱਖਾਂ ਨੂੰ ਸੇਵਾਦਾਰਾਂ ਨੂੰ ਵਰਤਾ ਰਹੇ ਨੇ, 2-2 ਪ੍ਰਸ਼ਾਦੇ ਸਾਰਿਆਂ ਨੂੰ ਦੇ ਦਿੱਤੇ। ਤੇ ਜਦੋਂ ਸ਼ੱਕ ਹਟੇ ਨਾ, ਮਾਤਾ ਗੰਗਾ ਜੀ ਬੈਠੇ ਨੇ, ਜਿਹੜੇ ਕੁਝ ਵਸਤੂ ਲੈਣ ਆਏ ਨੇ, ਜਿਹੜੇ ਅਰਦਾਸ ਬੇਨਤੀ ਕਰਨ ਵਾਸਤੇ ਆਏ ਨੇ, ਨੀਵੀਂ ਪਾਈ ਹੋਈ ਹੈ, ਤੱਕ ਰਹੇ ਨੇ ਬਾਬਾ ਬੁੱਢਾ ਜੀ ਦੇ ਮੁੱਖ ਦੇ ਵਿੱਚੋਂ ਕੀ ਨਿਕਲਦਾ। ਇੱਕ ਪ੍ਰਸ਼ਾਦਾ ਰਹਿ ਗਿਆ, ਇੱਕੋ ਪ੍ਰਸ਼ਾਦੇ ਦੇ ਉੱਤੇ ਅਖੀਰ ਦਾ ਗੱਡਾ ਰੱਖਿਆ ਜੀ,
گنڈے دے اوتے مار کے زور دینے ہاتھ دی سجے دی مکی بابا بڈھا جی دے مکھ دے وچوں نکلیا ماتا جی تہاڈے گھر دے وچ ایہو جہا جوڑا پیدا ہوئے گا جڑا دشمن دے سر اس طرح پھیر دے گا پنج پیالے پنج پیر چھٹم پیر بیٹھا گر پاری ارجن کایا پلٹ کے مورت ہر گوبند سواری چلی پیڑی سوڈیاں روپ دکھاوڑ وارو واری دل پنجن گر سورما بڑ جوگا بہت بار اپکاری میں انی کو بینتیاں کرتا سماپتی کر لگیا جی یہ ساری سنگتوں کا دھنواد اتوں کی پربندھ کمیٹی کا جنہوں نے کرپا کر کے مینو تہاڈے دیدارے کروائے نے جنہوں نے کرپا کر کے میرے اتنے مینو بھی گرو کی سنگت کر کا سما بخشیا ایک دھارنا لا دو ایک دار فقیران دا اچھا لا دو اوہی لاؤن لگیا سی جی اوہی دھارنا کی تھی فرمائش کر دیتی ہے کیا بات ہے دل دیا دل دے کیا ہاں جی سارے نال بولے اخیلی دھارنا اے در فقیران دا धन है धन है धन है गुरु अंगद देव
ਖਾਲਸਾ।